कौम दे जिहड़े धार्मिक संस्थान सीगे उन्हां नूं ढह ढेरी कर दिता गया। केंद्र ते स्टेट नाल तालमेल बनाउणा उहदी जिम्मेदारी हुंदी है, उह अपनी उस जिम्मेदारी दा निर्वाहन कर रहे आ, ते इस करके उन्हां नूं इस तरह दी गल करना मेरा ख्याल ठीक नहीं। ਇਹ ਲੋਕ ਸਭ ਦੇਖਦੇ ਆ, ਪਬਲਿਕ ਸਭ ਜਾਣਦੀ ਹੈ। ਇਹ ਮੈਂ ਇਹਨਾਂ ਨੂੰ ਅੱਜ ਚੈਲੰਜ ਕਰਦਾ, ਚੁਣਾਵ ਲੜ ਕੇ ਦੇਖ ਲੈਣ, ਜੇ ਹਜ਼ਾਰ ਹਜ਼ਾਰ 2000 ਤੋਂ ਵੱਧ ਵੋਟ ਪੈ ਜਾਏ ਮੈਨੂੰ ਫੜ ਲਿਓ। 2022 ਦੀ ਇਲੈਕਸ਼ਨ ਬਹੁਤ ਨੇੜੇ ਹੈ ਅਤੇ ਅਜਿਹੇ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਲਗਾਤਾਰ ਅੱਗੇ ਵੱਲ ਨੂੰ ਵੱਧ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਲੁਭਾਇਆ ਜਾ ਸਕੇ। ਜੇਕਰ ਗੱਲ ਕਰੀਏ ਕਾਂਗਰਸ ਦੀ, ਤਾਂ ਕਾਂਗਰਸ ਦੇ ਵਿੱਚ ਹਾਲ ਹੀ ਦੇ ਵਿੱਚ ਅੱਜ ਸਵੇਰ ਦੀ ਜਿਹੜੀ ਘਟਨਾ ਹੈਗੀ ਉਹਦੇ ਮੁਤਾਬਿਕ ਕਾਂਗਰਸ ਹਾਈਕਮਾਂਡ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜਾ ਅਸਤੀਫੇ ਦੀ ਮੰਗ ਕੀਤੀ ਗਈ ਹੈ। ਕਿ ਇਹ ਹਾਲਾਂਕਿ ਸੂਤਰਾਂ ਦੀ ਗੱਲ ਹੈ, ਪਰ ਸਹੀ ਗੱਲ ਜਿਹੜੀ ਹੈਗੀ ਜਦੋਂ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪ੍ਰਤੀਕਿਰਿਆ ਕੀ ਹੋਵੇਗੀ। ਦੂਜੇ ਪਾਸੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦੇ ਜਿਹੜੇ ਕਹਾਂਗੇ ਕਿ ਇੱਥੋਂ ਦੇ ਵੱਡੇ ਆਗੂ ਪੰਜਾਬ ਦੇ ਲੋਕਾਂ ਦੇ ਵੱਲੋਂ ਮੰਨੇ ਜਾਂਦੇ ਨੇ ਭਗਵੰਤ ਮਾਨ, ਉਹ ਵੀ ਨਾਰਾਜ਼ ਚੱਲ ਰਹੇ ਨੇ ਕਿਉਂਕਿ ਹਾਲੇ ਤੱਕ ਕੇਜਰੀਵਾਲ ਵੱਲੋਂ ਜਿਹੜਾ ਉਹਨਾਂ ਦਾ ਨਾਮ ਅਨਾਊਂਸ ਤੌਰ ਮੁੱਖ ਮੰਤਰੀ ਨਹੀਂ ਕੀਤਾ ਗਿਆ। ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਲਗਾਤਾਰ ਕਿਸਾਨ ਅੰਦੋਲਨ ਦੇ ਚੱਲਦੇ ਹੋਏ ਪੰਜਾਬ ਦੇ ਚੁਰਾਹੇ ਚੁਰਾਹੇ ਦੇ ਉੱਤੇ ਬੱਚਾ ਬੱਚਾ ਕਿਸਾਨ ਅੰਦੋਲਨ ਦਾ ਜਿਹੜਾ ਵਿਰੋਧ ਕਰਿਆ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਕਰਨ ਲਈ ਇਸ ਸਮੇਂ ਮੇਰੇ ਨਾਲ ਹਰਜ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਸਭ ਤੋਂ ਭੱਖਦੇ ਅਤੇ ਮੌਜੂਦਾ ਮਸਲੇ ਦੇ ਉੱਤੇ। ਸਰ, ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਅੱਜ ਦੀ ਜਿਹੜੀ ਗੱਲ ਹੋਈ ਹੈ ਕਿ ਅੱਜ ਸ਼ਾਮ ਨੂੰ ਵਿਧਾਇਕਾਂ ਦੀ ਜਿਹੜੀ ਹੈਗੀ 5 ਵਜੇ ਮੀਟਿੰਗ ਬੁਲਾਈ ਗਈ ਹੈ, ਅਤੇ ਉਸ ਤੋਂ ਪਹਿਲਾਂ ਗੱਲ ਸੂਤਰਾਂ ਦੇ ਹਵਾਲੇ ਤੋਂ ਇਹ ਆਉਂਦੀ ਹੈ ਕਿ ਉਹਨਾਂ ਤੋਂ ਅਸਤੀਫਾ ਮੰਗ ਲਿਆ ਗਿਆ, ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਲੋਕਤੰਤਰ ਦੇ ਅੰਦਰ ਜਿੱਥੇ ਸੱਤਾ ਧਿਰ ਬਹੁਤ ਜ਼ਰੂਰੀ, ਉੱਥੇ ਵਿਰੋਧੀ ਧਿਰ ਵੀ ਸੂਝਵਾਨ ਅਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜੀ। ਬਦਕਿਸਮਤੀ ਨਾਲ ਸਾਡੀ ਵਿਰੋਧੀ ਧਿਰ ਜਿਹੜੀ ਹੈ ਇਮੈਚਿਓਰ ਲੀਡਰਸ਼ਿਪ ਕੇਂਦਰ ਦੇ ਅੰਦਰ, ਮੈਂ ਕਹਿ ਸਕਦਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਆਪਣੇ ਆਪ 'ਚ ਇੱਕ ਸੰਸਥਾ ਨੇ, ਰਾਜਨੀਤੀ ਦੀ ਯੂਨੀਵਰਸਿਟੀ ਕਹਿ ਸਕਦੇ ਹਾਂ ਉਹਨਾਂ ਨੂੰ। ਉਹ ਬੰਦੇ ਦੀ, ਉਹ ਇਨਸਾਨ ਦੀ ਖੂਬੀ ਇਹ ਆ ਕਿ ਉਹਦੇ ਕੋਲੋਂ ਬਹੁਤ ਗੱਲਾਂ ਸਿੱਖਣ ਵਾਲੀਆਂ ਨੇ। ਦੂਸਰਾ, ਮੈਂ ਉਹਨਾਂ ਦੇ ਜਿਹੜੇ ਨੈਸ਼ਨਲਿਸਟ ਵਿਚਾਰਧਾਰਾ ਉਹਦੇ ਲਈ ਮੈਂ ਉਹਨਾਂ ਨੂੰ ਬਹੁਤ ਅੱਛਾ ਮੰਨਦਾ ਕਿ ਆਪਣੀ ਪਾਰਟੀ ਲਾਈਨ ਤੋਂ ਹਟ ਕੇ ਵੀ ਉਹ ਕਈ ਵਾਰ ਰਾਸ਼ਟਰੀ ਵਿਚਾਰਧਾਰਾ ਦੇ ਨਾਲ ਖੜ੍ਹੇ ਹੁੰਦੇ ਆ। ਅਤੇ ਉਹਨਾਂ ਦੀ ਇਹ ਖੂਬੀ ਹੈ ਕਿ ਉਹਨਾਂ ਨੇ ਜਿਹੜੀ ਕੌਮ ਦੀ ਨਸਲਕੁਸ਼ੀ ਕੀਤੀ ਗਈ ਔਰ ਜਿਹੜੀ ਕੌਮ ਨੂੰ ਦੇ ਜਿਹੜੇ ਧਾਰਮਿਕ ਸੰਸਥਾਨ ਸੀਗੇ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ, ਜਿਨ੍ਹਾਂ 'ਚ ਆਸਥਾ ਸੀ ਸਿੱਖ ਕੌਮ ਦੀ ਔਰ ਪੰਜਾਬੀਆਂ ਦੀ ਵੀ, ਔਰ ਮਾਨਵਤਾ ਦੇ ਲਈ ਆ ਉਹ, ਖਾਲੀ ਇੱਕ ਧਰਮ ਜਾਂ ਕੌਮ ਦੇ ਲਈ ਨਹੀਂ। ਪਰ ਉਹ ਢਹਿ ਢੇਰੀ ਕਰਨ ਦੇ ਬਾਅਦ ਵੀ ਉਸੇ ਕੌਮ ਕੋਲੋਂ ਵੋਟਾਂ ਲੈ ਲੈਣੀਆਂ ਔਰ ਉੱਥੇ ਹੀ ਸਰਕਾਰ ਦੂਸਰੀ ਵਾਰ ਸਥਾਪਿਤ ਕਰ ਲੈਣਾ ਉਸੇ ਪਾਰਟੀ ਦੀ, ਜਿਹਦੇ 'ਤੇ ਦੋਸ਼ ਹੋਣ, ਦੋਸ਼ ਨਾ ਹੋਣ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਔਰ ਉਹਨਾਂ ਕੋਲੋਂ ਤਾਂ ਸਿੱਖਣ ਵਾਲਾ ਕਿ ਇਹ ਕਿਸ ਤਰ੍ਹਾਂ ਕੀਤਾ ਪੰਜਾਬ ਲਈ ਔਰ ਸਿੱਖਾਂ ਲਈ ਔਰ ਪੰਜਾਬੀਆਂ ਲਈ, ਇਹ ਸ਼ਰਮਸਾਰ ਕਰਨ ਵਾਲੀ ਗੱਲ ਕਿ ਉਸ ਪਾਰਟੀ ਨੂੰ ਸੱਤਾ ਦਿੱਤੀ, ਪਰ ਉਹਨਾਂ ਕੋਲ ਕੀ ਕਲਾ ਸੀ ਕਿ ਉਹਨਾਂ ਨੇ ਉਹ ਸੱਤਾ ਲੈ ਲਈ, ਇਹ ਬਹੁਤ ਬੜੀ ਗੱਲ ਆ। ਇਸ ਕਰਕੇ ਮੈਂ ਇਹ ਸਮਝਦਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ, ਕਿੱਥੇ ਤਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ, ਸੋਨੀਆ ਜੀ ਨੂੰ ਚਾਹੀਦਾ ਸੀ ਉਹਨਾਂ ਕੋਲੋਂ ਰਾਜਨੀਤੀ ਪੜ੍ਹਨ ਵਾਸਤੇ ਭੇਜਦੇ, ਸਿੱਖਣ ਲਈ ਭੇਜਦੇ ਕਿ ਕਿਸ ਤਰ੍ਹਾਂ ਵਿਵਹਾਰ ਕਰੀਦਾ, ਕਿਸ ਤਰ੍ਹਾਂ ਇਹ ਕੰਮ ਕਰੀਦਾ ਸਾਰਾ। ਉਹਨਾਂ ਨੇ ਉਹਨਾਂ ਨੂੰ ਅਪਮਾਨਿਤ ਕਰਨਾ ਸ਼ੁਰੂ ਕਰਤਾ ਔਰ ਅਲੱਗ ਥਲੱਗ ਕਰਨਾ ਸ਼ੁਰੂ ਕਰਤਾ। ਦਿੱਲੀ ਜਾਂਦੇ ਤਾਂ ਮਿਲਦੇ ਨਹੀਂ, ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਿਲ ਲੈਂਦੇ ਆ, ਗ੍ਰਹਿ ਮੰਤਰੀ ਮਿਲ ਲੈਂਦੇ ਆ, ਸੋਨੀਆ ਜੀ ਕੋਲ ਸਮਾਂ ਨਹੀਂ, ਰਾਹੁਲ ਗਾਂਧੀ ਔਰ ਪ੍ਰਿਅੰਕਾ ਕੋਲ ਸਮਾਂ ਨਹੀਂ ਮਿਲਣ ਵਾਸਤੇ। ਅਤੇ ਉਹਨਾਂ ਨੇ ਜਿਸ ਤਰ੍ਹਾਂ ਦਾ ਅਪਮਾਨ ਸਹਿ ਕੇ ਇਹਦੇ ਚੱਲੇ ਨੇ, ਤਾਂ ਅੱਜ ਉਹਨਾਂ ਨੂੰ ਆਖਰੀ ਕਹਿਣਾ ਪਿਆ ਕਿ ਇੰਨਾ ਹਿਊਮੀਲੇਸ਼ਨ ਤੋਂ ਬਾਅਦ ਮੇਰੇ ਲਈ ਕਾਂਗਰਸ 'ਚ ਰਹਿਣਾ ਮੁਸ਼ਕਲ ਆ। ਅਤੇ ਮੈਂ, ਸਾਨੂੰ ਤਾਂ ਇਹਦੇ 'ਚ ਕੋਈ ਦਿਲਚਸਪੀ ਨਹੀਂ ਹੈ ਕਿ ਕੌਣ ਮੁੱਖ ਮੰਤਰੀ ਰਹਿੰਦਾ ਕੌਣ ਨਹੀਂ ਰਹਿੰਦਾ, ਪਰ ਜਿਸ ਤਰ੍ਹਾਂ ਦਾ ਵਿਵਹਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੱਤਾ 'ਚ ਰਹਿੰਦੇ ਹੋਏ ਕੀਤਾ, ਉਹਨਾਂ ਨੇ ਸਾਡੇ ਵਰਕਰਾਂ 'ਤੇ ਰਾਜਨੀਤਿਕ ਆਤੰਕਵਾਦ ਫੈਲਾਇਆ, ਜ਼ੁਲਮ ਕਰਵਾਏ ਔਰ ਇਸ ਅੰਦੋਲਨ ਨੂੰ ਉਤਸ਼ਾਹਿਤ ਕੀਤਾ, ਕਿਸਾਨ ਹਿੱਤਾਂ ਲਈ ਨਹੀਂ, ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ। ਅਕਾਲੀ ਦਲ ਵੀ ਇਸ ਤਰ੍ਹਾਂ ਹੀ ਕਰਦਾ, ਆਮ ਆਦਮੀ ਪਾਰਟੀ ਵੀ ਇਸ ਤਰ੍ਹਾਂ ਹੀ ਕਰਦੀ ਹੈ, ਔਰ ਇਹਨਾਂ ਨੇ ਕਿਸਾਨ, ਚੰਦ ਕਿਸਾਨ ਲੀਡਰਾਂ ਨੇ ਕਿਸਾਨ ਦਾ ਮੋਢਾ ਲੱਭ ਕੇ ਉਹਦੇ 'ਤੇ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨ ਲੱਗੇ ਨੇ, ਜਿਸ ਤਰ੍ਹਾਂ ਡਾਕਟਰ ਰਾਮ ਮਨੋਹਰ ਲੋਹੀਆ ਹੁੰਦੇ ਸੀ, ਉਹ
पंडित जवाहर लाल नहरू के खिलाफ 24 घंटे बोलते सी पार्लीमेंट के अंदर। उन्होंने पार्टी के लोगों ने कहा कि लोग इस चीज़ को लोहिया जी बुरा मनाते हैं, देश दी होर भी समस्यावां ने, तुसी क्यों खिलाफ़ बोलते हो पंडित जी दे, होर गल्लां उठाया करो। वो कहिंदे तुसी सारे मूर्ख हो, जे पंडित नहरू का चेहरा नहीं खराब होएगा तो इन्हां ने सत्ता तो बाहर नहीं जाना, कांग्रेस नहीं हारेगी। इस तरह वो भी जानते हैं कि जे मोदी जी का चेहरा खराब नहीं होएगा तो बीजेपी नहीं हारेगी, तो वो सरकार की दिख खराब करने, प्रधानमंत्री की दिख खराब करने जिन्हों पूरी दुनिया सल्यूट करती है, ये साजिशा रचने ने, उन्होंने कम्युनिस्ट लीडर भी शामिल है। गरबल साहब एक चीज़ दसो, जिस तरीके गल की है कि इन्हों की अपनी पार्टी कैप्टन अमरिंदर की सोनिया गांधी उन्होंने नहीं मिलते, लेकिन जो दिल्ली जाते हैं तो प्रधानमंत्री गृहमंत्री उन्होंने मिलते हैं, तो उस मिलन तो बाद और होर जड़िया मीटिंगा लगातार होंदिया रही कैप्टन अमरिंदर सिंह के नाल बीजेपी दियाँ, की कैप्टन अमरिंदर सिंह बीजेपी पार्टी के आ सकते हैं? नहीं, ऐसा कुछ नहीं है। देखो जो मुख्यमंत्री होंगे, जो अच्छा प्रशासक होंगे, उन्हें केंद्र ते स्टेट नाल तालमेल बनाना उसकी जिम्मेदारी होंगी है, वो अपनी उस जिम्मेदारी का निर्वहन कर रहे हैं, तो इस करके उन्होंने इस तरह की गल करना मेरा ख्याल ठीक नहीं है। जिहड़े बीजेपी के आगुआं दे उत्ते हमले हो रहे हैं, विरोध चल रहा पंजाब दे लोकां दे विच लगातार, तुहाडे उधर भी जिहड़ा हैगा हमला होया जानी जी दे उत्ते जिहड़ा हैगा लगातार जिहड़ा हैगा इस तरीके नाल किसानां वल्लों जिहड़ा हैगा रोकिया जांदा है, इस विरोध दे चलदे होए 2022 दी इलैक्शन सर जिहड़ी नेड़े हैगी, इस इलैक्शन दे चलदे होए अग्गे किस तरीके नाल जावांगे जाओगे तुसीं लोकां दे विच? 4000 गुंडियां दे हमलियां तों असीं डरांगे? एक पासे दो तरह दे लोग ने, दो तरह दीआं विचारधारा ने, ये एक पासे तो पंजाब के अमन नूं, पंजाब के विकास नूं, पंजाब की भाईचारक सांझ नूं लांबू लाउण दे लई कतल करन उतरे फिर एक गुंडे जिहड़ा शब्द हुणी तुसीं, एक गुंडे सर किहदे लई शब्दावली जिहड़ी इस्तेमाल कीती है? जिहड़े मारा मारी करदे, जिहड़े एमएलए की मॉब लिंचिंग करदे ने, वो कोई शरीफ लोग ने? तो वो कोई शांतमई अंदोलन है? वो लोकतांत्रिक अंदोलन है? तो जिहड़े किसी दीआं फसलां नष्ट करदे ने, किसान तो फसल पालदा, बच्चा इस तरह पालदा, वो कोई किसान ने? वो कोई ठीक विचारधारा तुसीं उहदा समर्थन करोगे? ये जदों असीं ये काम करांगे, इन्हां चीज़ों का समर्थन करांगे, तो पंजाब के हालात खराब करन दे विच साडा भी सहयोग होएगा। ये मैं मीडिया नूं भी कहना, जिहड़ा मीडिया इदां करदा वो भी ना करे, इन्हां दी निंदा करो और इन्हां नूं डिसकरेज करो ऐसी विचारधारा नूं, वो पंजाब की शांति नूं लांबू लाउण लई इदां दे काम। 1000-2000 बंदे ज़्यादा नहीं है पंजाब च, इवें मैं तुहानूं दस दिंदा, ये ट्रेन ने जिहड़े एमएलए दे कपड़े फाड़े मॉब लिंचिंग की, ट्रेन लोग सीगे और साढ़े ते भी हमले रोज़ होंदे आ, ट्रेनिंग आ उन्होंने एक खास तरह की, सानू उहदी जानकारी है बराबर। और दूजे पासे बीजेपी दे लोग पंजाब की शांति, भाईचारक सांझ, पंजाब का विकास, पंजाब की खुशहाली कायम रखने लई अपनी जान देने तैयार बैठे आ, बैठे आ जाण जदों उन्होंने हत्या करनी है साडी कर देण, लाठी दो तरह दी हुंदी है, लाठी दा टेस्ट भी दो तरह दा, जिहड़ा डंडा उहदा टेस्ट दो तरह दा, ते मोगे दे अंदर लाठी जिहड़ी चली बड़ी मिठी सी, उहदी तां गल वी नहीं असीं कीती, जिहड़ी लाठी करनाल चली उहदा विरोध करन लग गए, ते इह दो तरह दी विचारधारा कित्थों आ गई? उस वेले इत्थे महात्मा गांधी दे चेले बन गए, गल वी नहीं उहदी कीती, ते उत्थे जाके माओ दे चेले बन गए, उत्थे गल पैण लग गए सरकारां दे, कोई तरीका हैगा? इक्को गल रखनी चाहीदी है, इह दो तरह दी लाठी नहीं है देश च, और इह लोग सब देखदे आ, पब्लिक सब जानती है। मैं इन्हों अज चैलेंज करता है, चुनाव लड़के देख लैन, जे 1000-2000 तो वध वोट पै जाए मैनू फड़ लियो। मनोहर लाल खट्टर वालों जिहड़ा कहा जाता जी पंजाब के जिहड़े किसान ने आके इत्थे करनाल दे विच जिहड़ा हैगा कैप्टन अमरिंदर सिंह भेज रहे हैं, किदां लैंदे हो इस बयान? बिल्कुल, कैप्टन अमरिंदर सिंह ने तो आप कहा कि मैं अंदोलन चलाया, मैं भेजिया दिल्ली में जाओ, उस मनोहर लाल खट्टर ने की झूठ बोलता है जी? सुखबीर बादल कहते कि 70% मेरे वर्कर बैठे है, असी थोड़ा कहने ये, उन्होंने तो पुछो ना जाके वो जिहड़े कहते हैं, इस करके तो सारा इस्टैबलिश हो गया। अजे केजरीवाल भी बोलू, केजरीवाल का तोता भी बोलूगा, वो भी याद रखो। 2022 की इलैक्शन किन्ने जगह पर जी इलैक्शन लड़न जा रहे हो और की उम्मीदा ने, क्योंकि जी सारे सरकमस्टांसिज़ आप वार बार उही गल करें कि जो सरकमस्टांसिज़ ने फिलहाल बीजेपी पार्टी के हक में नहीं जाते, अजिहा कहना है विरोधी धिर का और अजिहा कहना है पंजाब के सोशल मीडिया के उत्ते जिनी भी गलबात चलती है। साडी पार्टी ये लोग जानते नहीं है, जो असी भारतीय जनसंघ के रूप से सानू पता हों कि सानू 1000 या 500 वोट पैनी है, असी उदों भी जितने लिए लड़ते सी और पूरे जोर नाल लड़ते सी, ठीक है? तुहानूं पता होना मैं 96 च मैं भी लोग सभा लड़िया, तो मैनूं पता सी कि मैं हारना,
ਤੇ ਪਰ ਮੈਂ ਪੂਰਾ ਜ਼ੋਰ ਲਾ ਕੇ ਲੜਿਆ ਸੀ, ਮੇਰੀ ਪਾਰਟੀ ਨੇ ਪੂਰਾ ਜ਼ੋਰ ਲਾਇਆ ਸੀ, ਠੀਕ ਹੈ। ਔਰ ਜੇ ਅਸੀਂ ਉਦੋਂ ਹਾਰਨ ਲਈ ਨਾ ਲੜਦੇ ਔਰ ਉਦੋਂ ਜ਼ੋਰ ਨਾਲ ਨਾ ਲੜਦੇ ਤਾਂ ਅੱਜ ਅਸੀਂ ਪ੍ਰਧਾਨ ਮੰਤਰੀ ਵੀ ਨਾ ਬਣਾ ਰਹੇ ਹੁੰਦੇ, ਜਿਹੜਾ ਕਹਿੰਦੇ ਇੱਥੇ ਹੈਰਾਨੀ ਪ੍ਰਗਟ ਕਰਦੇ 117 ਸੀਟਾਂ ਕਿਵੇਂ ਲੜੋਂਗੇ। ਕਸ਼ਮੀਰ ਵੈਲੀ 26 ਵਿਧਾਨ ਸਭਾ ਦੀਆਂ ਸੀਟਾਂ ਸੀ, ਅਸੀਂ ਹਰ ਵਾਰ ਸਾਡੇ 26 ਦੇ 26 ਕੈਂਡੀਡੇਟ ਲੜਦੇ ਸੀ, 4-5 ਨੂੰ ਹਰ ਵਾਰ ਸ਼ਹੀਦ ਕਰਦੇ ਸੀ, ਅਸੀਂ ਉੱਥੇ ਰਾਜ ਕੀਤਾ, ਸੱਤਾ ਪ੍ਰਾਪਤ ਕੀਤੀ। ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ 117 ਹੀ ਲੜਾਂਗੇ, ਡਟ ਕੇ ਲੜਾਂਗੇ ਔਰ ਵੱਡੀ ਰਾਜਨੀਤਿਕ ਧਿਰ ਬਣ ਕੇ ਉੱਭਰਾਂਗੇ। ਅੱਜ ਮੈਂ ਕਹਿ ਰਿਹਾ 2 ਮਹੀਨੇ ਤੁਹਾਨੂੰ ਸਾਹਮਣੇ ਆਉਣ ਲੱਗ ਜਾਊਗਾ। ਅਸੀਂ ਕੋਈ ਮੈਂ ਕੋਈ ਜੋਤਸ਼ੀ ਨਹੀਂ ਹੈਗਾ ਸੁਖਬੀਰ ਬਾਦਲ ਦੀ ਤਰ੍ਹਾਂ, ਜਿਹੜਾ ਉਹ ਕਹਿੰਦਾ ਸਾਰੀਆਂ ਜਿੱਤਾਂਗੇ ਜੀ ਆਹ ਕਰਾਂਗੇ, ਕੱਖ ਨਹੀਂ ਜਿੱਤਣ ਵਾਲਾ ਉਹ, ਇਹ ਮੈਂ ਤੁਹਾਨੂੰ ਅੱਜ ਦੱਸਦਾ। ਅਤੇ ਤੁਸੀਂ ਆਉਣ ਵਾਲੇ ਟਾਈਮ 'ਚ ਦੇਖਿਓ ਕਿ ਕੀ ਫਰਕ ਪੈਂਦਾ ਔਰ ਅਸੀਂ ਵੱਡੀ ਰਾਜਨੀਤਿਕ ਧਿਰ ਹੋਵਾਂਗੇ। ਇਹ ਪਾਰਟੀਆਂ ਨੂੰ ਸਾਡੇ ਸਾਹਮਣੇ ਖੜ੍ਹੇ ਹੋਣ 'ਚ ਮੁਸ਼ਕਲ ਆਏਗੀ ਔਰ ਜਿਹੜੇ ਇਹ ਰਾਜਨੀਤੀ ਦੇ ਅੰਦਰ ਜਿਸ ਤਰ੍ਹਾਂ ਦੀ ਇਹ ਕਰਤੂਤਾਂ ਕਰ ਰਹੇ ਨੇ, ਇਹ ਮੈਂ ਸਮਝਦਾ ਕਿ ਅੱਛੀ ਗੱਲ ਨਹੀਂ, ਇਹ ਹੈਲਦੀ ਡੈਮੋਕ੍ਰੇਸੀ ਦੀ ਨਿਸ਼ਾਨੀ ਨਹੀਂ ਹੈ। ਕਿਉਂਕਿ ਡੈਮੋਕ੍ਰੇਸੀ ਜਿਹੜੀ ਹੈ ਉਹ ਟ੍ਰੈਡੀਸ਼ਨਸ 'ਤੇ ਬੇਸ ਕਰਦੀ ਹੈ, ਪਰੰਪਰਾਵਾਂ 'ਤੇ ਆਧਾਰਿਤ ਹੁੰਦੀ ਹੈ। ਜਿਹੋ ਜਿਹੀਆਂ ਪਰੰਪਰਾ ਅਸੀਂ ਪਾਵਾਂਗੇ ਉਹੋ ਜਿਹੀਆਂ ਪਰੰਪਰਾਵਾਂ ਦਾ ਸਾਨੂੰ ਸਾਹਮਣਾ ਵੀ ਕਰਨਾ ਪਏਗਾ। ਅਤੇ ਮੈਂ ਸੁਖਬੀਰ ਬਾਦਲ ਨੇ ਇੱਕ ਦਿਨ TV 'ਤੇ ਕਿਹਾ ਇਹਨਾਂ ਨੂੰ BJP ਵਾਲਿਆਂ ਨੂੰ ਪਿੰਡਾਂ 'ਚ ਨਹੀਂ ਵੰਡ ਦੇਣਾ, BJP ਵਾਲਿਆਂ ਨੂੰ ਚੱਲਣ ਫਿਰਨ ਨਹੀਂ ਦੇਣਾ। ਮੈਂ ਕੀ ਕਿਹਾ ਸੀ, ਬਾਦਲ ਸਾਹਿਬ ਸਾਡੇ ਵਾਲੀ ਇੱਕ ਉਂਗਲ ਕਰ ਰਹੇ, ਤੁਹਾਡੇ ਵਾਲ 3 ਹੋ ਗਈਆਂ, ਇਹਦਾ ਭੁਗਤਾਨ ਕਰੋਗੇ। ਆਹ ਦੇਖ ਲਓ ਸਾਹਮਣੇ ਹੀ ਹੋ ਗਿਆ ਨਾ ਭੁਗਤਾਨ, ਅਤੇ ਇਸੇ ਤਰ੍ਹਾਂ ਹੋਰ ਵੀ ਭੁਗਤਾਨ ਹੋਣਾ। ਅਤੇ ਇਹ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ ਗਲਤ, ਉਹ ਗਲਤ ਗੱਲਾਂ ਦਾ ਇਹਨਾਂ ਨੂੰ ਭੁਗਤਾਨ ਕਰਨਾ ਪੈਣਾ। ਮੋਦੀ ਜੀ ਸਾਨੂੰ ਇੱਕੋ ਹੀ ਗੱਲ ਕਹਿੰਦੇ ਆ, ਉਹ ਕਹਿੰਦੇ ਕਿ ਨਾਨਕ ਨੂੰ ਪੜ੍ਹੋ। ਗੁਰੂ ਨਾਨਕ ਨੇ ਕੀ ਕਿਹਾ, ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਦੋਂ ਅਸੀਂ ਸੱਚੇ ਮਨ ਨਾਲ ਕਾਨੂੰਨ ਬਣਾਏ ਆ, ਸੱਚੇ ਮਨ ਨਾਲ ਅਸੀਂ ਕਿਸਾਨ ਦੇ ਹਿੱਤ 'ਚ ਹਾਂ, ਗਲਤੀਆਂ ਇਨਸਾਨ ਕੋਲੋਂ ਹੁੰਦੀਆਂ ਨੇ ਪਰ ਮਨ ਤੋਂ ਸੱਚੇ ਹਾਂ, ਅਤੇ ਉਹਨਾਂ ਨੇ ਸਿੱਧਾ ਕਿਹਾ ਕਿ ਜਿੱਤ ਆਪਣੀ ਹੋਣੀ ਹੈ, ਜਿੱਤ ਸੱਚਾਈ ਦੀ ਹੁੰਦੀ ਹੈ। ਅਤੇ ਜੇ ਨਾਨਕ ਕਦੇ ਝੂਠਾ ਨਹੀਂ ਹੋ ਸਕਦਾ ਤਾਂ ਜਿੱਤ ਸਾਡੀ ਹੋਣੀ ਹੈ, ਇਹ ਪੱਕੀ ਗੱਲ ਹੈ। ਇਹ ਝੂਠੇ ਲੋਕ ਨੇ ਸਾਡੇ ਸਾਹਮਣੇ ਖੜ੍ਹੇ ਨਹੀਂ ਹੋ ਸਕਦੇ। ਸੋ ਇਹ ਸਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਸਾਫ਼ ਤੌਰ 'ਤੇ ਇਹ ਗੱਲ ਕਹੀ ਹੈ, ਠੀਕ ਹੈ ਮੈਂ ਤਿੱਖਾ ਬੋਲਦਾ, ਤਿੱਖਾ ਨਹੀਂ ਮੈਂ ਸੱਚਾ ਬੋਲਦਾ, ਅਤੇ ਸੱਚ ਹਮੇਸ਼ਾ ਸਭ ਨੂੰ ਕੌੜਾ ਲੱਗਦਾ ਹੈ। ਅਤੇ ਸੱਚ ਇਹ ਹੈ ਕਿ ਜੋ ਕਿਸਾਨ ਅੰਦੋਲਨ ਚੱਲ ਰਿਹਾ, ਇਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਉਸ ਕਿਸਾਨ ਅੰਦੋਲਨ ਨੂੰ ਕਿਤੇ ਨਾ ਕਿਤੇ ਗੁੰਮਰਾਹ ਕੀਤਾ ਜਾ ਰਿਹਾ, ਜਿਸ ਨਾਲ ਪੰਜਾਬ ਦੇ ਜਿਹੜੇ ਹਾਲਾਤ ਨੇ, ਪੰਜਾਬ ਦੀ ਜਿਹੜੀ ਇਕੋਨਮੀ ਹੈ, ਦੇਸ਼ ਦੀ ਇਕੋਨਮੀ ਆ, ਉਹ ਖਤਰੇ ਦੀ ਵੱਲ ਵੱਧਦੀ ਜਾ ਰਹੀ ਹੈ, ਦੇਸ਼ ਦਾ ਨੁਕਸਾਨ ਹੋ ਰਿਹਾ। ਪਰ ਦੇਖਣਾ ਇਹ ਹੋਵੇਗਾ ਜਿਹੜੀਆਂ ਹੋਰ ਇਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਿ ਇਲੈਕਸ਼ਨ ਦੇ ਦੌਰਾਨ ਜਿਸ ਤਰੀਕੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕੀ ਉਹ ਜੁਆਇਨ ਕਰਨਗੇ ਜਾਂ ਨਹੀਂ, ਉਹਨਾਂ ਨੂੰ ਇਹਨਾਂ ਨੇ ਸਿਰੇ ਤੋਂ ਖਾਰਜ ਕੀਤਾ ਹੈ ਕਿ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੋਈ ਵੱਖਰੀ ਪਾਰਟੀ ਬਣਾ ਲੈਣ। ਪਰ ਦੇਖਣਾ ਇਹ ਹੋਵੇਗਾ ਹੁਣ ਜਿਹੜਾ ਸਾਰਾ ਘਟਨਾਕ੍ਰਮ ਹੈ, ਜਿਸ ਤਰੀਕੇ ਦਾ ਕਾਟੋ ਕਲੇਸ਼ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ, ਔਰ 2022 ਦੀ ਇਲੈਕਸ਼ਨ ਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਨਵੇਂ ਸਮੀਕਰਨ ਸਾਹਮਣੇ ਆਉਂਦੇ ਨੇ, ਇਹ ਦੇਖਣਾ ਹੋਵੇਗਾ। ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ ਵਿਰਕ, ਚੜ੍ਹਦੀ ਕਲਾ ਟਾਈਮ TV ਦੇ ਲਈ, ਚੰਡੀਗੜ੍ਹ।